ਪ੍ਰਾਈਮ ਸ਼ਾਹ ਟੀਵੀ ਤੇ ਤੁਸੀਂ ਦੇਖ ਰਹੇ ਹੋ ਪ੍ਰਾਈਮ ਹਾਸਿਆ ਪ੍ਰੋਗਰਾਮ ਲੈ ਕੇ ਮੁਰਤੂ ਹਾਜ਼ਰਾ ਜਿੱਤ ਹਾੜੀ ਦੋਸਤ ਨੀਲਮ ਕੁਇਨ ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਸਟੂਡੀਓ ਦੇ ਵਿੱਚ ਅਸੀਂ ਉਸ ਬੰਦੇ ਨੂੰ ਬੁਲਾਇਆ ਹੈ ਜਿਹਨੂੰ ਨਾ ਬੀਬੀਆਂ ਬਹੁਤ ਲੱਭਦੀਆਂ ਜਦੋਂ ਉਹਦੇ ਹੱਥ ਦੇ ਵਿੱਚ ਸੂਟ ਆਉਂਦਾ ਕਿ ਬਸ ਇਹ ਬੰਦਾ ਹੁਣ ਲੱਭ ਜਵੇ ਸੂਟ ਉਹਨੂੰ ਸਹੀ ਟਾਈਮ ਤੇ ਸੀਕੇ ਦੇ ਦੇਵੇ ਜਾਨੂ ਜੀ ਮੇਰੀ ਗੱਲ ਸੁਣੋ ਹਾਂ ਇਹ ਜਿਹੜਾ ਤੁਸੀਂ ਮੈਤੇ ਇਲਜ਼ਾਮਾਤ ਲਗਾ ਰਹੇ ਹੋ ਹਾਂ ਸਰਾਸਰ ਗਲਤ ਹੈਗਾ ਕਿਉਂ ਗਲਤ ਆ ਮੈਂ ਨਹੀਂ ਗਲਤ ਤੇ ਲੋਕੀ ਗਲਤ ਨੇ ਲੋਕੀ ਕਿੱਦਾਂ ਗਲਤ ਲੋਕਾਂ ਦੀ ਮੋਸਟਲੀ ਪ੍ਰੋਬਲਮ ਕੀ ਹੁੰਦੀ ਹੈ ਤੇ ਆਉਣਗੇ ਕਹਿੰਗੇ ਸ਼ੁੱਕਰਵਾਰ ਸਾਨੂੰ ਨਾ ਮਾਈਟਰੀ ਸੂਟ ਚਾਹੀਦਾ ਹੈ ਜਨੂਨ ਹੀ ਸਾਨੂੰ ਸ਼ੁੱਕਰਵਾਰ ਨੂੰ ਚਾਹੀਦਾ ਵੀਰਵਾਰ ਰਾਤ ਨੂੰ ਤੁਹਾਡੇ ਕੋਲ ਲੈ ਜਾਣਾ ਸੀ ਤੇ ਜ਼ਰੂਰੀ ਤਿੰਨ ਮਹੀਨੇ ਸ਼ੁੱਕਰਵਾਰ ਨਹੀਂ ਹੁੰਦਾ ਉਹਨਾਂ ਦਾ ਫਿਰ ਉਹ ਹੋਰ ਪਾ ਲੈਂਦੇ ਉਹਨੇ ਤੁਸੀਂ ਲੇਟ ਬਹੁਤ ਦਿੰਦੇ ਹੋ ਕੱਪੜੇ ਲੇਟ ਤੇ ਮੈਂ ਆਪੇ ਦੇਣਾ ਜਦੋਂ ਇੱਕ ਬੰਦੇ ਨੂੰ ਮੈਂ ਸੀਰੀਅਸ ਲੈਂਦਾ ਅਗਲਾ ਮੈਨੂੰ ਸੀਰੀਅਸ ਨਹੀਂ ਲੈ ਰਿਆ ਫੇ ਮੈਂ ਕਿਸੇ ਨੂੰ ਨਹੀਂ ਲੈਂਦਾ ਨਹੀਂ ਜਾਨੂ ਜੀ ਮੈਂ ਅੱਜ ਤੁਹਾਡੇ ਕੋਲ ਨਾ ਸਾਰੀਆਂ ਗੱਲਾਂ ਬਾਤਾਂ ਪੁੱਛਣੀਆਂ ਜਿਹੜੀ ਜਿਹੜੀ ਪ੍ਰੋਬਲਮ ਆਉਂਦੀਆਂ ਲੇਡੀਜ਼ ਨੂੰ ਜਦੋਂ ਉਹ ਕਿਸੇ ਦਰਜੀ ਦੇ ਕੋਲ ਜਾਂਦੀਆਂ ਪਹਿਲਾਂ ਮੈਨੂੰ ਤੁਸੀਂ ਆਪਣੇ ਨਾਮ ਦਾ ਦੱਸੋ ਦਰਜੀ ਦਾ ਕਿਹਦਾ ਨਾਮ ਹੁੰਦਾ ਜਾਨੂ ਟੇਲਰ ਮੇਰੀ ਮਨਜੀ ਮੈਂ ਰੱਖ ਲਿਆ ਨਾ ਮੇਰਾ ਉਧਾ ਬਲਵੀਰ ਹੈ ਹਾਂ ਪਰ ਮੈਂ ਜਾਨੂ ਜਾਣ ਕੇ ਰੱਖਿਆ ਤੇ ਬਲਵੀਰ ਟੇਲਰ ਵੀ ਤਾਂ ਸੋਹਣਾ ਹੀ ਲੱਗਦਾ ਬਾਈ ਦਾ ਕੁਝ ਨਹੀਂ ਨਾ ਕਿਉਂ ਜਾਨੂ ਚ ਕੀ ਪਚਦਾ ਜਾਨੂ ਤੇ ਵੇਜੀ ਤੂੰ ਬੀਬੀਆਂ ਸੋਹਣੇ ਸੋਹਣਿਆ ਆ ਕੇ ਨੇ ਜਾਨੂ ਜੀ ਮੇਰਾ ਪੌਂਚਾ ਇਦਾਂ ਦਾ ਰੱਖਿਓ ਜਾਨੂ ਜੀ ਮੇਰੇ ਸੂਟ ਦੀ ਫਿਟਿੰਗ ਇਦਾਂ ਦਾ ਰੱਖਿਓ ਜਾਨੂ ਜੀ ਮੇਰਾ ਟੀਰਾ ਇਦਾਂ ਦਾ ਰੱਖਿਓ ਜਾਨੂ ਜੀ ਮੇਰੇ ਮੋਡਰਨ ਸੂਟ ਐ ਨਾ ਇਦਾਂ ਦਾ ਫਿਟਿੰਗ ਰੱਖਿਓ ਸੁਆਦੰਦ ਬਿਲ ਬਾਗੋ ਬਾਗ ਹੋ ਜਾਂਦਾ ਪੈਸੇ ਬਚਣਾ ਬਚਣਾ ਚੀਤੇ ਬਾਈ ਦੇ ਨਾ ਠਾਕਪੁਰ ਦੇ ਪੈਸੇ ਤਾਂ ਤੁਸੀਂ ਇੰਨੇ ਲੈ ਲੈਂਦੇ ਸੂਟ ਵੀ ਫਾਈ ਮਰ ਕੋਗਾ ਆਗਾ ਨਾ ਠੀਕ ਆ ਜਾਨੂ ਜੀ ਆਏ ਹੋਏ ਨੇ ਸਟੂਡੀਓ ਦੇ ਵਿੱਚ ਜੇ ਕਿਸੇ ਨੇ ਨਾ ਸੂਟ ਵਗੈਰਾ ਸਵਾਉਣਾ ਆ ਜਾਂ ਪੈਂਟ ਕੋਟ ਵੀ ਸਵਾਉਣਾ ਉਹ ਵੀ ਸਾਰੇ ਦਾ ਦਰ ਤੱਕ ਕਮੈਂਟ ਕਰਕੇ ਤੇ ਤੁਸੀਂ ਕਿਉਂ ਨਹੀਂ ਮਤਲਬ ਕਿੰਨੇ ਦਿਨ ਹੋ ਗਏ ਦੁਕਾਨ ਤੇ ਦਰਚਨ ਨਹੀਂ ਦਿੱਤੇ ਤੁਸੀਂ ਨਹੀਂ ਮੈਂ ਵੈਸੇ ਲਹਿੰਗਾ ਸਵਾਉਣਾ ਸੀਗਾ ਮੈਨੂੰ ਪਤਾ ਨਹੀਂ ਸੀ ਨਾ ਤੁਸੀਂ ਕਿੱਦਾਂ ਕਦੇ ਸੀਂਦੇ ਮੈਨੂੰ ਕਿਹ ਪਤਾ ਨਹੀਂ ਕਪੜਾ ਨਾ ਖਰਾਬ ਮੈਂ ਮੈਂ ਤੁਹਾਡੀ ਵੱਡੀ ਸਿਸਟਰ ਦਾ ਮੈਂ ਜਿੱਤਾ ਹਾਂ ਤੁਸੀਂ ਮੈਨੂੰ ਦੱਸੋ ਕਿੱਦਾਂ ਲਹਿੰਗਾ ਸੀ ਨਾ ਪਸੀਦਾਂਗੇ ਕਿੱਦਾਂ ਲੰਗ ਸੀਣਾ ਲਹਿੰਗਾ ਤਾਂ ਮੈਨੂੰ ਫਿਸ਼ ਕੱਟ ਚਾਹੀਦਾ ਆ ਅੱਜ ਕੱਲ ਟ੍ਰੈਂਡ ਹੈ ਨਾ ਉਹਦਾ ਫਿਸਕਟ ਲੰਗਾ ਹਾਂਜੀ ਹਾਂਜੀ ਵਿਆਹ ਵੈਜਗ ਨਾਂ ਦਾ ਆ ਫੰਕਸ਼ਨ ਤਾਂ ਸਾਡਾ ਵੈਜੀ ਆ ਫਿਸਕਟ ਲੰਗਾ ਅੱਛਾ ਲੱਗੇਗਾ ਤੁਸੇ ਅਰੇ ਸਾਰੇ ਰਸਤੇ ਦਰਾਂ ਨੂੰ ਗੱਲਾਂ ਸੁਣੋਂਗੇ ਤੁਸੇ ਕੱਲ ਹੋਰ ਬਣਾ ਦੇਣਾ ਵੈਜੀਟੇਰੀਅਨ ਲੰਗਾ ਬਣਾ ਦੇ ਆਂ ਵੈਜੀਟੇਰੀਅਨ ਲੰਗਾ ਕਿਹੜਾ ਹੁੰਦਾ ਕੋਈ ਵਿਸ਼ ਕੱਟ ਤਾਂ ਹੋ ਗਿਆ ਐ ਕਰਕੇ ਹਨਾ ਕੱਲ ਮੈਂ ਮੂਲੀ ਮੂਲੀ ਕੱਟ ਮੂਲੀ ਕੱਟ ਲੰਗਾ ਕਿਹੜਾ ਚੱਲ ਕੰਮ ਕੱਟ ਨਹੀਂ ਐਦਾਂ ਦੇ ਲੰਗੇ ਜਾਨੂ ਟੇਲਰ ਨਹੀਂ ਸਿੱਖਦਾ ਰੋ ਗੱਲ ਕਰ ਚਲ ਫਿਸ਼ ਕੱਟ ਬਣਾ ਦਾਂਗੇ ਮੈਨੂੰ ਕੀ ਕੰਮ ਕਰਨਾ ਹੈ ਕੱਪੜਾ ਹੈਗਾ ਅੱਗੇ ਲੈਣਾ ਕੱਪੜਾ ਮੈਂ ਲੈ ਲਿਓ ਬ੍ਰਾਈਡ ਮੇਡ ਸੀ ਨਾ ਉਹ ਸਾਰੇ ਕੱਪੜਾ ਐਸੀ ਇਕੱਠਾ ਹੀ ਲੈ ਲਿਆ ਸੀਗਾ ਮੈਂ ਰਹਿ ਗਈ ਸੀ ਸਵਉਣ ਵਾਲੀ ਉਹ ਕਿਉਂ ਕਿਉਂ ਕੇ ਕੱਪੜਾ ਕਿੰਨੇ ਮੀਟਰ ਬਣਾ ਮੇਰਾ ਉਹਦਾ 5 ਕਿ ਮੀਟਰ ਚ ਬਣ ਜਾਣਾ ਆ 5 ਮੀਟਰ ਕੱਪੜਾ ਹੈ 5 ਮੀਟਰ ਕੱਪੜਾ ਹੈ ਹਾਂ ਇੱਕ ਮਿੰਟ ਕਿੰਨਾ ਹੁੰਦਾ 5 ਮੀਟਰ ਨਾ ਆਪਣਾ ਸਾਹਬ ਆਪਣਾ 5 ਮੀਟਰ ਕੱਪੜਾ ਕੱਟ ਜਾ ਕਿੱਦਾਂ ਘਟ ਜਾਣਾ ਪਿਛਲੀ ਵਾਰੀ ਮੈਂ 4 ਮੀਟਰ ਚ ਬਣਵਾਇਆ ਸੀ ਤੜਾ ਤੇ ਬਣ ਜਾਣਾ ਤੜਾ ਤੇ ਗੁੱਲਟੂਲਾ ਬਣ ਜਾਣਾ ਮੇਰੇ ਗੁੱਡੀ ਦੇ ਸੂਟ ਚੋਂ ਕੱਟ ਜਾਣਾ ਨਾ ਕਿਸੇ ਹੋਰ ਦੇ ਚੋ ਕਪੜਾ ਪਾ ਕੇ ਆਪਣੀ ਗੁੱਡੀ ਦਾ ਆ ਤੁਹਾਡੇ ਵਰਗੇ ਮੇਰੇ ਲੋਕਾਂ ਦੇ ਵਿੱਚ ਤਾਂ ਅਪਾ ਚੀਜ਼ ਬਚਾਉਣੀ ਹੈ ਔਰ ਮਾਤੜ ਬੰਦੇ ਕੋਲੋਂ ਕਿੱਥੇ ਕਪੜਾ ਉਹ ਤੇ ਕੋਈ ਆਪਣੇ ਜਿਹੜਾ ਸੂਟ ਸਲਵਾਰਾ ਇਹਦੀ ਪੂਰੀ ਕਰੀ ਦੇਣਾ ਕਹੇ ਦੇ ਕਪੜੇ ਵਿੱਚੋਂ ਬੈਲਟ ਪਾਈ ਦੀ ਤੁਸੀਂ ਨੇ ਚਲਾਕੀਆਂ ਨਾ ਕਰ ਤੁਸੀਂ ਸਾਰਿਆਂ ਦੇ ਕਪੜੇ ਰੱਖ ਲੈਂਦੇ ਹੋ ਖਾਂਦੇ ਹੋ ਕਪੜੇ ਤੁਸੀਂ ਜਿਹੜੇ ਦੇਸ਼ ਕਾ ਕੇ ਉਹ ਨਹੀਂ ਤੁਹਾਨੂੰ ਦੇਖਣ ਦੇ ਅਸੀਂ ਕਪੜਾ ਖਾਂਦੇ ਹੋ ਐਸੀ ਦੇਖੇ ਤੁਹਾਨੂੰ ਅਸੂ ਆ ਗੱਲਾਂ ਹੋਈਆਂ ਕੋਈ ਤੁਸੀਂ ਇੱਕ ਵਾਰੀ ਮੈਨੂੰ ਸੇਵਾ ਦਾ ਮੌਕਾ ਦਿਓ ਜੇ ਕੋਈ ਗਮੀ ਪੇਚੀ ਨਿਕਲੇ ਤੁਸੀਂ ਮੈਨੂੰ ਵੱਲ ਫੇ ਮੈਨੂੰ ਫਿਟਿੰਗ ਫੁੱਟਿੰਗ ਸਾਰਾ ਕੋ ਸਹੀ ਚਾਹੀਦਾ ਫਿਟਿੰਗ ਵਧੀਆ ਆਏਗੀ ਸਟੀਚਿੰਗ ਅੱਛੀ ਹੈਗੀ ਸੀਨਾ ਜਿਹੜਾ ਪਿਛਲੀ ਵਾਰ ਤੁਹਾਡਾ ਲੰਮਾ ਹੁੰਦਾ ਹੈ ਹਮੇਸ਼ਾ ਵੀ ਮਤਲਬ ਸੀਨਾ ਕੱਚੀਆਂ ਰਹਿ ਗਈਆਂ ਵੈਲਡਿੰਗ ਕਰਕੇ ਦਿਆਂਗਾ ਸੂਟ ਵੈਲਡਿੰਗ ਸੂਟ ਪਾੜ ਜਾਏਗਾ ਸੀਨਾ ਨਹੀਂ ਉੱਡੜਦੀ ਹਾਂ ਸਲਵਾਰ ਸੂਟ ਕਿੱਦਾਂ ਦੇਸੀ ਪਟਿਆਲਾ ਸਲਵਾਰ ਵਗੈਰਾ ਸੀ ਲਨ ਪਟਿਆਲਾ ਸਲਵਾਰ ਲਓ ਤੁਸੀਂ ਮੇਰੇ ਕੋ ਦੂਜੀ ਭੋਗਪੁਰ ਸਲਵਾਰ ਲਓ ਉੱਤਮਾਟਿਸਲ ਸਲਵਾਰ ਲੋ ਲਗ ਲਗ ਸਲਵਾਰ ਨਾ ਲਗ ਜਿਲ੍ਹੇ ਦੀ ਲਗ ਸਲਵਾਰ ਪਟਿਆਲਾ ਸਲਵਾਰ ਤਾਂ ਸੁਣਿਆ ਆ ਇਹੋ ਤੇ ਮੇਰੇ ਪਰ ਯੂਨੀਕ ਨਸਗੀ ਇਹ ਨਹੀਂ ਕੋ ਦੇਖੋ ਹਰ ਪਿੰਡ ਦੀ ਸਲਵਾਰ ਹਰ ਸ਼ਹਿਰ ਦੀ ਸਲਵਾਰ ਹਰ ਤਸੀਲ ਦੀ ਸਲਵਾਰ ਅੱਛਾ ਹਾਂ ਕਿਦਾਂ ਪਟਿਆਲਾ ਕਿਤੇ ਬਹੁਤ ਵੱਡੀ ਚੀਜ਼ ਹੋ ਗਿਆ ਜਲੰਧਰ ਦੀ ਸਲਵਾਰ ਲਾਓ ਮੇਰੇ ਕੋਲ ਤੁਸੀਂ ਅੰਮ੍ਰਿਤਸਰ ਦੀ ਸਲਵਾਰ ਲਾਓ ਤੁਸੀਂ ਮੈਨੂੰ ਲੌਜੀਕ ਹੀ ਨਹੀਂ ਸਮਝ ਆਂ ਅੰਮ੍ਰਿਤਸਰ ਇਹ ਨਾ ਹੋ ਸਕਦਾ ਸਲਵਾਰ ਕਿਉਂ ਹੋ ਸਕਦੀ ਆਪਣੀ ਤਾਂ ਗੱਲ ਹੈ ਹਾਂ ਮੌਕਾ ਦੇ ਵੇਪਰ ਤੁਸੀਂ ਚੀਜ਼ ਚੈੱਕ ਕਰੋ ਹੂੰ ਮੇਰਾ ਐਵੇਂ ਨਹੀਂ ਤੇ ਜਰਪਾ ਮੇਰਾ ਐਵੇਂ ਨਹੀਂ ਵਾਲੇ ਡੈਟ ਹੋ ਗਏ ਆ ਮੈਨੂੰ ਵਾਚਿੱਟ ਨਹੀਂ ਆ ਤਾਂ ਅਪਾ ਗੱਲ ਚੇਂਜ ਹੀ ਕਰਨੀ আচ্ছা ਮੈਂ ਨਹੀਂ ਦੱਸੋ ਕਿ ਤੁਸੀਂ ਜਦੋਂ ਕੋਈ ਆਉਂਦੇ ਤੁਹਾਡੇ ਕੋਲ ਹੈ ਨਾ ਸੂਟ ਵਗੈਰਾ ਸਵਾਉਣ ਦੇ ਲਈ ਤੁਸੀਂ ਉਹਨਾਂ ਨੂੰ ਕਹਿੰਦੇ ਕੋਈ ਨਾ ਤੁਸੀਂ 5 ਦਿਨਾਂ ਚ ਸੂਟ ਲੈ ਜਿਓ ਤੁਸੀਂ ਨਾ ਮਤਲਬ ਤੁਸੀਂ 10 ਦਿਨ ਤੋਂ ਉੱਪਰ ਦਾ ਟਾਈਮ ਕਿਉਂ ਲਗਾ ਦਿੰਦੇ ਆ ਜਿੰਨਾ ਟਾਈਮ ਦਿੱਤਾ ਉਹਨਾਂ ਮਤਲਬ ਜ਼ੁਬਾਨ ਤੇ ਰਿਆ ਕਰੋ ਨਾ ਜਾਣ ਕੇ ਜਾਣ ਕੇ ਕਿਉਂ ਸੂਟ ਤਾਂ ਮੈਂ ਉਹਦੇ ਸੀ ਜਦੋਂ ਗਾਗ ਦੇ ਕੇ ਜਾਂਦਾ ਤੇ ਐ ਸੂਟ ਗਾਗ ਬਾਹਰ ਜਾਂਦਾ ਹਾਂ ਐ ਸੂਟ ਵਿੱਚ ਮੈਂ ਜੀਤ ਜਾਂਦਾ ਆ ਬੈਤ ਕਿਸੇ ਤੇ ਐਦਾਂ ਇੱਕ ਸਰਵਿਸ ਕਮ ਪਰ ਪੰਜ ਜਾਣ ਕੇ ਹਾਂ ਕਿ ਲੋਕੀ ਨੁਕਸ ਬੜੇ ਕੱਢਦੇ ਆ ਇਹਨੂੰ ਇੱਥੋਂ ਡੈਟ ਕਰ ਦਿਓ ਇਹਨੂੰ ਇੱਥੋਂ ਥੋੜੀ ਜੀ ਉਚਾਈ ਇਹਦੀ ਬਤਾ ਦਿਓ ਇੱਥੋਂ ਲੰਬਾਈ ਘਟਾ ਦਿਓ ਇੱਥੋਂ ਪੈਟ ਕਰ ਦਿਓ ਇਤਕੁੱਲਾ ਕਰ ਦਿਓ ਨਹੀਂ ਤੇ ਫਿਰ ਜੇ ਨਹੀਂ ਸਹੀ ਹੈਗਾ ਤਾਂ ਫਿਰ ਨੁਕਸ ਤਾਂ ਕੱਢਣੀ ਆ ਉਦੋਂ ਕਿਉਂ ਨਹੀਂ ਕਰਦੇ ਜਦੋਂ ਟਾਈਮ ਤੇ ਟਾਈਮ ਦਿੰਦੇ ਉਦੋਂ ਕਿਉਂ ਨਹੀਂ ਕੱਢਦੇ ਕਿੱਦਾਂ ਮੈਂ ਦਿਨਾ ਹੀ ਉਸ ਟਾਈਮ ਦੇ ਉੱਤੇ ਜਦੋਂ ਲਫਾਦੇ ਚ ਪਾਉਂਦਾ ਟਾਈਮ ਨਹੀਂ ਆਉਂਦਾ ਦੁਕਾਨ ਤੇ ਜਾ ਕੇ ਲੜਾ ਸ਼ੇਰਵਾਨੀ ਪਾ ਕੇ ਜਾਂਦਾ ਉਦਾਂ ਕਹਿੰਦਾ ਬਹੁਤ ਫਿਟਿੰਗ ਅੱਛੀ ਆਈ ਹੈ ਪੈਸੇ ਵੀ ਦੇ ਜਾਂਦੇ ਕੋਈ ਨੁਕਸ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਪੰਜ ਦਿਨ ਪਹਿਲਾਂ ਦੇ ਤੋ ਪੰਜ 6 ਨੁਕਸ ਕਨਾ ਦਨੇ ਅਗਲੇ ਨੇ ਕਿਹੜੇ ਦਿਨ ਦਿੰਦੇ ਹੋ ਸੂਟ ਐਨ ਮੌਕੇ ਤੇ ਨਹੀਂ ਤੇਜਰਬੇ ਦੀ ਗੱਲ ਹੈ ਮੈਂ ਕਿਤੇ ਐਵੇਂ ਨਹੀਂ ਆ ਗਿਆ ਕੰਮ ਦੇ ਵਿੱਚ ਤੇਜਰਬਾ ਇਹ ਦੋਲਦਾ ਮੈਨੂੰ ਤਾਂ ਇੰਨਾ ਕਿ ਮੈਂ ਆਪਣੇ ਕੰਮ ਦੇ ਵਿੱਚ ਘੁੱਬਿਆ ਇੰਨਾ ਕੰਮ ਚ ਘੁੱਬਿਆ ਕਿ ਜਦੋਂ ਮੈਂ ਆਪਣੇ ਵਿਆਹ ਵਾਸਤੇ ਕੁੜੀ ਦੇਖਣ ਗਿਆ ਸੀ ਨਾ ਹਾਂ ਕੁੜੀ ਆਈ ਤੇ ਮੈਂ ਨਾਲ ਹੀ ਨਾਪ ਲੈਣ ਲੱਪਿਆ ਉਹ ਨਾਪਦੇ ਨਹੀਂ ਸੀ ਉਹ ਨਨੇ ਆਈ ਤਾਂ ਮੇਰੇ ਲਈ ਸੀ ਰਿਸ਼ਤੇ ਲਈ ਕੰਮ ਚ ਖੁਬੇ ਆ ਨਾ ਇਨਵੋਲਮੈਂਟ ਫੇਰ ਅੱਗੇ ਰਿਸ਼ਤਾ ਹੋ ਗਿਆ ਰਿਸ਼ਤਾ ਹੋਣਾ ਇਸ ਅਗਲੇ ਨੇ ਦੇਖਿਆ ਮੁੰਡੇ ਨੂੰ ਕੰਮ ਨਾ ਇੰਨਾ ਪਿਆਰ ਕੁੜੀ ਨਾ ਕਿੰਨਾ ਕਰੇਗਾ ਅੱਛਾ ਠੀਕ ਹੈ ਐ ਚੀਜ਼ਾਂ ਦੇਖ ਦੇ ਨਾ ਕੁੜੀ ਵਾਲੇ ਉਰ ਕੀ ਦੇਖਦੇ ਨੇ ਸਬਜੀ ਲੈਣ ਚਲ ਜਾ ਮੈਂ ਕਦੇ ਕਿਲੋਂਾਂ ਦੇ ਵਿੱਚ ਸਬਜੀ ਲਈ ਹਾਂ ਮੈਂ ਮਣਕੇ ਲੈਣਾ ਤੇ ਦਵਾਣਾ ਮੈਨੂੰ 6 ਇੰਚ ਹੀ ਘਟ ਦੇ ਚੱਪਣ ਕੱਦੂ ਦਾ ਘੇਰਾ ਇੰਨਾ ਹੋਣਾ ਚਾਹੀਦਾ ਸਾਹਵੇਂ ਸਾਡੇ ਸਾਬ ਹੁੰਦਾ ਕੌਣ ਦਰਜੀ ਦਾ ਕਰਦਾ ਕੰਮ ਚ ਖੁਪਿਆ ਨਾ ਕੰਮ ਚ ਖੁਪਿਆ ਐਥੋਂ پتہ ਲੱਗਦਾ ਕਿ ਬੰਦੇ ਨੂੰ ਕੰਮ ਨਾਲ ਪਿਆਰ ਕਿੰਨਾ ਹੈ ਅੱਛਾ ਇੱਕ ਵਾਰ ਮੇਰੀ ਵਾਈਫ ਨੂੰ ਕੰਮ ਪੈ ਗਿਆ ਕਿਹੜਾ ਕੋਈ ਪਹਿਲਾ ਮੈਂ ਪਰਸਨਲ ਗੱਲਾਂ ਕਿਉਂ ਦੱਸਾਂ ਉਹਨੂੰ ਕੰਮ ਪੈ ਗਿਆ ਹਾਂ ਕਰੇ ਕਰੇਲੇ ਉਹਨੇ ਭਰੇ ਪਏ ਹਾਂ ਕਹਿੰਦੀ ਮੈਂ ਬਾਹੂ ਜੀ ਆਉਂਦਾਂ ਨੂੰ ਧਾਗਾ ਛਾੜਦੇ ਉਹਨਾਂ ਉੱਤੇ ਓ ਮੈਂ ਤਾਂ ਜੇ ਅਸੀਂ ਦਰਜੀ ਹੋ ਕੇ ਧਾਗਾ ਚਾੜਨਾ ਤੇ ਦਰਜੀ ਕਰਦੇ ਹਾਂ ਹਾਂ ਕਰੇਲੇ ਬਨਣੇ ਹੀ ਨਾ ਉਹਦੇ ਆਉਂਦਾਂ ਨੂੰ ਮੈਂ ਕਰੇਲੇ ਪੀਕੋ ਕਰਕੇ ਰੱਖੇ ਹੋਏ ਸੀ ਕੌਣ ਕਰਦਾ ਆ ਦਰਜੀ ਦਰਜੀ ਆਮ ਲੋਕਾਂ ਨੂੰ ਆਂਗ ਧਾਗਾ ਹੀ ਜੜਾਉਣਾ ਸਮਝ ਦਰਜੀ ਕੌਣ ਕੋ ਮੇਰਾ ਤਾਂ ਵਾਸ ਨਹੀਂ ਚੱਲਿਆ ਮੈਂ ਜਿਪ ਲਾ ਦੇਣੀ ਕਰੇਲੀ ਬਿਲਕੁਲ ਤੁਹਾਡੇ ਆਪਣੇ ਪੁੱਠੇ ਪੁੱਠੇ ਐਕਸਪੈਰੀਮੈਂਟ ਹੀ ਆ ਉਹ ਗੱਲਾਂ ਕਰੀ ਜਾ ਰਹੇ ਇੱਕ ਪਾਸੇ ਤੁਸੀਂ ਕਹਿੰਦੇ ਵੀ ਤੁਹਾਡੇ ਚ ਦਮ ਨਹੀਂ ਤੁਹਾਡੇ ਚ ਦਮ ਨਹੀਂ ਕੋਈ ਕੁਆਰਟਜ਼ ਯੂਨੀਕਰਾਸ ਕਿਸੇ ਤਰ੍ਹਾਂ ਜੜੀ ਆ ਗਈ ਵੇਲੇ ਪੜਵੋਣਾ ਤਾਂ ਪੜਵਾਨ ਕੋਈ ਜੱਕ ਨਹੀਂ ਬਾਕੀ ਤੁਹਾਡਾ ਬਣ ਜਾਏਗਾ ਫੇਸ਼ ਕੱਟ ਮਾਣਾ ਤੁਸੀਂ ਚਾਹੇ ਤੁਸੀਂ ਮੈਨੂੰ ਮਟਰਨ ਕੱਟ ਬਣਾ ਲਓ ਹੰਨ ਕੱਟ ਮੇਰਾ ਕੀ ਜਾਣਾ ਬਿਲਕੁਲ 5 ਮੀਟਰ ਕਪੜਾ ਹੈਗਾ ਪਰ ਤੁਸੀਂ ਉਹਦੇ ਚ ਪਲੀਜ਼ ਰੱਖਣਾ ਨਹੀਂ ਮੈਨੂੰ ਖੁੱਲਾ ਚਾਹੀਦਾ ਹੈ ਲਹਿੰਗਾ ਮੈਂ ਤਾਂ ਖੁੱਲਾ ਬਣਾ ਕੇ ਦਾਂਗਾ ਤੁਹਾਡੇ ਤੋਂ ਕਪੜਾ ਹੀ ਖੁੱਲਾ ਟੁਲਾ ਹਾਂ ਤੇ ਫਿਰ ਉਹਦੇ ਚ ਬਣਾਣਾ ਚਾਹੀਦਾ ਯਾਰ ਬਣੇਗਾ ਮੈਂ ਤਾਂ ਨਾਕੇ ਜਲ ਬਣੇਗਾ ਤੇ ਬਣੇਗਾ ਓ ਯਾਰ ਮੇਰਾ ਗਾਉਨ ਕਿੱਥੇ ਗਾਉਨ ਕਿੱਥੇ ਡਾਕਟਰ ਸਾਹਿਬ ਗਾਉਨ ਗਾਉਨ ਛਿਲੇ ਉਹਨਾਂ ਦੇ ਘਰੇ ਆ ਸ਼ਿੱਲੀ ਉਹਨੇ ਕਰੀ ਕੀ ਕਰਦਾ ਗਾਉਣ ਉਹ ਨਹੀਂ ਉਹਨਾਂ ਦੇ ਮੁੰਡੇ ਦਾ ਵਿਆਹ ਆ ਨਾ ਤਿੰਨ ਦਿਨ ਦਾ ਗਾਉਣ ਆ ਨਾ ਕਰੀ ਗਾਉਣ ਬੈਠੇ ਓ ਯਾਰ ਮੈਂ ਡਾਕਟਰ ਵਾਲੇ ਗਾਉਣ ਦੀ ਗੱਲ ਕਰਦਾ ਗ੍ਰੀਨ ਕਲਰ ਵਾਲਾ ਜਿਹੜਾ ਹੁੰਦਾ ਹਾਂ ਨਹੀਂ ਡਾਕਟਰ ਵਾਲਾ ਗਾਉਣ ਤੇ ਮੈਂ ਡਾਕਟਰ ਨੂੰ ਬੁਚਿਆ ਨਾ ਮੇਤੋ ਕਿ ਕਿਤੇ ਮੈਂ ਡਾਕਟਰੀਆਂ ਆ ਮੈਂ ਡਾਕਟਰੀਆਂ ਹੋਰ ਮੈਂ ਘਵਾਰੇ ਵਿੱਚ ਤਾਂ ਡਾਕਟਰੀਆਂ ਯਾਰ ਮੈਂ ਗਾਉਣ ਕਿੱਥੇ ਆ ਮੇਰਾ ਗਾਉਣ ਜਿਹਨੂੰ ਪਾ ਕੇ ਆਪਰੇਸ਼ਨ ਕਰਨਾ ਮੈਂ ਮੇ ਕੋ ਕਿਦਾਏਗਾ ਉੱਥੇ ਨੂੰ ਸੀਨਾ ਦਿੱਤਾ ਯਾਰ ਨਵਾ ਨਵਾਓ ਕਿਉਂ ਕਿ ਮੈਂ ਫਾਤ ਨੂੰ ਸੀਨਾ ਦੇ ਕੇ ਗਿਆ ਕੱਲ ਨਰਸ ਦੀ ਗਈ ਮੈਡਮ ਜੀ ਮੇਰਾ ਅਸੂਲ ਹੈ ਜਦੋਂ ਆਪਰੇਸ਼ਨ ਕਰਨਾ ਨਵਾਂ ਗਾਊਨ ਪਾ ਕੇ ਕਰਨਾ ਹੈ ਹਾਂ ਜੀ ਪੇਸ਼ੈਂਟ ਉੱਥੇ ਛੱਡ ਕੇ ਉਹ ਮੈਮ ਜਿੰਦਗੀ ਮੌਤ ਸਾਰਾ ਉਹ ਯਾਰ ਮੇਰਾ ਗਾਊਨ ਲਿਆ ਅਗਲਾ ਮਰਨ ਕੰਨੇ ਪਿਆ ਤੈਨੂੰ ਛੋਸ਼ੇ ਸੁੱਜਣ ਦੇ ਨਹੀਂ ਤੂੰ ਅਗਲੇ ਦਾ ਆਪਰੇਸ਼ਨ ਕਰ ਕੰਮ ਨੇ ਬੇੜ ਤੇ ਬਾਹਰ ਕਿਤਾ ਆਪਰੇਸ਼ਨ ਕਰਦੇ ਆ ਯਾਰ ਨਵਾਂ ਗਾਊਨ ਕੈਂਚੀਆਂ ਛੁਰੀਆਂ ਨਾਲ ਆਪਰੇਸ਼ਨ ਕਰਦੇ ਆ ਕਿ ਗਾਊਨ ਦੇ ਨਾਲ ਕੋਟ ਪੈਂਟ ਵਿੱਚ ਪਾ ਕੇ ਤੂੰ ਕੱਢਣਾ ਚੁਕ ਯਾਰ ਗਾਉਂ ਜ਼ਰੂਰੀ ਹੈ ਮੈਂ ਆਪਰੇਸ਼ਨ ਕਿੱਦਾਂ ਕਰੂੰਗਾ ਖੂਨ ਲੱਜੂਗਾ ਨਵੇਂ ਗਾਉਂ ਤੇ ਆਹ ਗੱਲ ਸੁਣ ਲੈ ਪੁਰਾਣੇ ਦੇ ਨਾਲ ਤੂੰ ਕੰਮ ਸਾਰਲਾ ਦੇਣੀ ਟਪਾਉਣਾ ਹੈ ਟਪਾਉਣਾ ਜਦੋਂ ਤੂੰ ਬਾਹਰ ਆਉਣਾ ਵਾ ਇਹ ਗੱਲ ਕਹਣਾ ਆਪਰੇਸ਼ਨ ਸਕਸੈਸਫੁਲ ਜਾਂ ਅਨਸਕਸੈਸਫੁਲ ਉਦੋਂ ਕਿ ਜ਼ਿਆਦਾ ਪਾਈ ਯਾਰ ਏਡਾ ਬਦਮੀ ਟਿਲਣਾ ਏਡਾ ਬਦਮੀ ਟਿਲਣਾ ਨਾ ਇਹ ਹਾਂ ਪਿਛਲੀ ਵਾਰ ਮੈਂ ਇੱਕ ਪੈਂਟ ਸਵਾਈ ਹਾਂ ਵਿੱਚ ਹੀ ਸੂਈ ਛੱਡਦੀ ਬਣ ਗਈ ਨੇ ਪੈਂਟ ਚ ਮੈਂ ਬੈਠ ਲਗਾ ਓਏ ਹੋਏ 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 ਐਸੀ ਜਗ੍ਹਾ ਤੇ ਚੁੱਭੀ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਸਖਤ ਨਹੀਂ ਐਸੀਆਂ ਗੱਲਾਂ ਕਰ ਰਹਾ ਤੇਰੀਆਂ ਕਤੂਤਾ ਦੱਸ ਦੇ ਕੀ ਮੈਂ ਕੀਤਾ ਚਾਚੇ ਦੇ ਢਿੱਡ ਚੋਂ ਪੱਥਰੀ ਕਢਾਈ ਸੀ ਹਾਂ ਵਿੱਚ ਕੈਂਚੀ ਰਹਿ ਗਈ ਢਿੱਡ ਦੇ ਅਸੀ ਖੱਪ ਪਾਈ ਹਾਂ ਡਾਕਟਰ ਬੰਦਾ ਡਾਕਟਰ ਬੰਦਾ ਕਿਤੇ ਤੂੰ ਤੂੰ ਅਫਸਰ ਨਹੀਂ ਲੱਗ ਗਿਆ ਡਾਕਟਰ ਬੰਦਾ ਤੇਰਾ ਸਾਡਾ ਕੰਮ ਸੇਮ ਆ ਸੇਮ ਤੂੰ ਡਾਕਟਰ ਮੁਕਾਬਲਾ ਕਰੇਂਗਾ ਕਿ ਟੇਲਰ ਸਾਡਾ ਵੀ ਕੰਮ ਮੈਂ ਜੀ ਟਾਂਕੇ ਲਾਣਾ ਇਹਦਾ ਵੀ ਕੰਮ ਟਾਂਕੇ ਲਾਣਾ ਉਹ ਵੱਗਰੀ ਆ ਟਾਂਕਾ ਤੁਰ ਵੰਡਾ ਲਾਉਂਦੇ ਅਸੀਂ ਝੋਟਣਾਂ ਨੇਗੇ ਕਿਉਂ ਜੀ ਇਹ ਤਾਂ ਲਗਦਾ ਨਹੀਂ ਅਸੀਂ ਇੰਜੈਕਸ਼ਨ ਲਾਉਨੇ ਟੀਕਾ ਲਾਉਨੇ ਤੂੰ ਲਾ ਸਕਦਾ ਕਿਸੇ ਨੂੰ ਤੁਹਾਡੇ ਜਿੱਡਾ ਨਹੀਂ ਲਾ ਸਕਦਾ ਮੈਂ ਟੀਕਾ ਮੈਂ ਲਾ ਦਿੰਦਾ ਤੁਹਾਡੇ ਜਿੱਡਾ ਨਹੀਂ ਲਾ ਸਕਦਾ ਤੁਹਾਡੇ ਜਿੱਡਾ ਕੋਈ ਵੀ ਨਹੀਂ ਲਾ ਸਕਦਾ ਟੀਕਾ ਬਦਮੀ ਇਹ ਕਪੜਾ ਰੱਖ ਜਾਂਦੇ ਆ ਮੈਂ ਪਿੱਛੇ ਗਾਉਂ ਸੁਵਾਏ ਆਪਣੇ ਨਸਾਂ ਦੇ ਉੱਚੋ ਕਪੜਾ ਖਾ ਗਿਆ ਕਪੜਾ ਖਾ ਗਿਆ ਇਹ ਕਪੜਾ ਕੱਢ ਲੈਣ ਚ ਅਸੀਂ ਮੰਨ ਜੀ ਕਪੜਾ ਕੱਢੀਦਾ ਇਹ ਲੋਕ ਕਿਡਨੀਆਂ ਕੱਢਦੇ ਨੇ ਉਦੋਂ ਸ਼ਰਮ ਆਂਦੀ ਆ ਤੁਹਾਨੂੰ ਲੋਕਾਂ ਵਿੱਚ ਕਰੋਨਾ ਦੇ ਵਿੱਚ ਤੁਸੀਂ ਕਿੰਨਾ ਫਾਇਦਾ ਲੁੱਟਿਆ ਹਾਂ ਉਹਨਾਂ ਚੈਨਾਂ ਨੂੰ ਨਹੀਂ ਫਾਇਦਾ ਆ ਜਿੰਨਾ ਕਰੋਨਾ ਦੇ ਜਿੰਨਾ ਤੁਹਾਨੂੰ ਆ ਕਪੜਾ ਕੱਢ ਕੇ ਖਾ ਗਿਆ ਆ ਕੱਢ ਕੇ ਖਾ ਗਿਆ ਉਹ ਕੱਢ ਕੇ ਖਾ ਗਿਆ ਯਾਰ ਵਾਈਟ ਕਾਲਰ ਜੋਬ ਹੈ ਸਾਡੀ ਤੂੰ ਕਿੱਥੋਂ ਮੁਕਾਬਲਾ ਕਰਕੇ ਮਾਸਟਰ ਤੈਨੂੰ ਉਦਾਂ ਹੀ ਕਹਿੰਦੇ ਸੱਚੀ ਮੁੱੱਚ ਮਾਸਟਰ 10ਵੀਂ ਫੇਰ ਲਾ ਦੂੰ ਚਲ ਤੂੰ ਮੀਂਹ ਜਿਆ ਨਾ ਕਰੋ ਤੂੰ ਜਿਹੜਾ ਕੰਮ ਆਇਓ ਕਰੋ ਤੀ ਤਨ ਮੈਂ ਸਿੱਧੀ ਗੱਲ ਦਤ ਤਾਨੂੰ ਆਖਿਆ ਜੇ ਕੱਲ ਮੈਜੇਗੀ ਤਾਨੂੰ ਤੇ ਕੱਲ ਲੈ ਜਾਓ ਆਕੇ ਇੰਟਰਵਿਊ ਤੇ ਇੰਟਰਰਪਟ ਕਰ ਰਹੇ ਹੋ ਉਹ ਯਾਰ ਮੇਰਾ ਆਪਰੇਸ਼ਨ ਪਿਆ ਮੈਨੂੰ ਗਾਉਨ ਚਾਹੀਦਾ ਯਾਰ ਮੇਜੀ ਮੇਰੀ ਗੱਲ ਸੁਣੋ ਕਹਿ ਸੱਜਣ ਬੇਲੀ ਦਾ ਪਾ ਲੋ ਹਾਂ ਕੰਮ ਸਾਰੇ ਦਾ ਬੁੱਤਾ ਸਰੋ ਆਪਣਾ ਗਾ ਲੈ ਜਾਓ ਤਾਨੂੰ ਯਾਰ ਉੱਥੇ ਮੈਨੂੰ ਕਿਸੇ ਨੇ ਦੇਖ ਲਿਆ ਤੇ ਕਿਸੇ ਹੋਰ ਦਾ ਪਾ ਲੋ ਗਾਉਨ ਉਹ ਗੱਲ ਵੀ ਤੂੰ ਕਪੜਾ ਤੋਂ ਬਿਨਾ ਤੁਰਿਆ ਫਿਰਦਾ ਤੂੰ ਐਦਾ ਚੱਲਦਾ ਸੋਹਣਾ ਲੱਗਣ ਡਿਆ ਯਾਰ ਇਹਨੂੰ ਕਿੱਦਾਂ ਸੰਜਾਵੀਂ ਇਦਾਂ ਆਪਰੇਸ਼ਨ ਨਹੀਂ ਹੋ ਸਕਦਾ ਡਾਕਟਰ ਸਾਹਿਬ ਗਾਊਨ ਤਾਂ ਆਪਣਾ ਬਾਅਦ ਚੁਲਿਓ ਪਹਿਲੇ ਮੈਨੂੰ ਇਹ ਤਾਂ ਸਭ ਮਾਸਕ ਇੱਥੇ ਲਾਈਦਾ ਕਿ ਇੱਥੇ ਲਾਈਦਾ ਯਾਰ ਉਹ ਮੈਡਮ ਐਕਚੁਅਲੀ ਕੋਰੋਨਾ ਇੱਥੋਂ ਚੜਨਾ ਨਾ ਫੇਰ ਮਾਸਕ ਇੱਥੋਂ ਰੋਕ ਲਈਦਾ ਆਪਾਂ ਉਹਨੂੰ ਚੜਨ ਨਹੀਂ ਦੇਦਾ ਤਾਂ ਡਾਕਟਰ ਨੇ ਕਿਹਾ ਸਹੀ ਹੁਣ ਕਿ ਐਸੀ ਗੱਲ ਐ ਦੱਸਾਂ ਚੋਕਰਾ ਵੀ ਉਹਦਾ ਆਪਰੇਸ਼ਨ ਲੇਟ ਹੋ ਗਿਆ ਇਹ ਤੇਰੇ ਹੱਥ ਲੱਗ ਗਏ ਤੇ ਉਹਨੇ ਉਦਾਂ ਹੀ ਹੱਥ ਲਾਲੇ ਵੇਖਣਾ ਮੇਰ ਨਾਲ ਬਣਿਆਗੀ ਬੱਚਾਈ ਦੱਸਾਂ ਜਨ ਉਸਨੂੰ ਚਾਹੀਦਾ ਗੁੱਸਾ ਦੇਣੇ ਜਾਣਗਾ ਦੱਸੋ ਤੇਰੇ ਨਾਪੇ ਵਾਲੀ ਪਰਚੀ ਗਵਾਚ ਗਈ ਸੀ ਨਹੀਂ ਤਾਂ ਦਰ ਆਏ ਪਿਆਜੀ ਕੰਮ ਗਾਉਂ ਦਾ ਨਾਪਾ ਨਾ ਗਾਉਂ ਦੇ ਨਾਪਾ ਨਾ ਪਰਚੀ ਉਹ ਤਾਂ ਖੁੱਲਾ ਜੇ ਹੁੰਦਾ ਉਹਦੀ ਸੀਦੋ ਨਾ 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 ਪਤਾ ਆਪਾ ਪਤਾ ਕਿ ਫਿਟਿੰਗ ਦੇ ਵਿੱਚ ਸੀਦਾ ਜੀ ਉਹ ਇਹ ਨਹੀਂ ਆ ਮੈਂ ਐਂਦਾ ਕਰ ਯਾਰ ਮੇਰਾ ਮੇਚਾ ਦੁਆਰਾ ਲੜਾ ਗਾਉਂ ਸੀ ਹਾਂ ਮੇਚਾ ਲਾ ਲੈਣੇ ਤੇ ਤੁਹਾਨੂੰ ਚੀਜ਼ ਬਣ ਜਾ ਜੀ ਹਾਂ ਕਿਉਂਕਿ ਆਪਾਂ ਲੰਬੇ ਵਾਲਾ ਕੰਮ ਨਹੀਂ ਕਰਨਾ ਕਿਉਂ ਮਿੰਜੀ ਚਲੋ ਮੇਚਾ ਲਾਉਣਾ ਕੰਮ ਨਹੀਂ ਆਪਣ ਨੂੰ ਇੱਧਰ ਆਓ ਇੱਕ ਮਿੰਟ ਇੱਕ ਮਿੰਟ ਹਾਂ ਲੈ ਚਾ ਲਓ ਮੇਰਾ फटाफट ਹਾਂ ਬਾਹਰ ਸਿੱਧੀਆਂ ਕਰੋ ਹਾਂ ਕਰੋ ਹੈ ਆਹ ਕਿਹਾ ਮੇਚਾ ਅਕਲ ਘਾਟੇ ਇੱਕ ਆ ਕਿਹੜਾ ਨਾਪਾ ਗਟਿਆਂ ਚ ਤੇ ਜਮਾ ਹੀ ਜਾਂਦਾ ਯਾਰ ਸਹੀ ਤਰ੍ਹਾਂ ਨਾਪ ਲੈ ਕੀ ਕਰਦਾ ਯਾਰ ਮੈਂ ਪਹਿਲਾਂ ਬੰਦਾ ਚੈੱਕ ਕਰਦਾ ਬੰਦਾ ਕਿਦਾਂ ਦਾ ਉਦਾਂ ਦਾ ਗਾਉਣ ਬਣੇਗਾ ਤੂੰ ਇਹ ਕਦਾਂ ਦੀ ਗੱਲਾਂ ਕਰਦੀ ਇੱਕ ਮਿੰਟ ਗੱਲ ਘਟਾ ਐ ਕਰ ਆ ਬਾਂਜੀ ਕਿਹੜਾ ਵੀਂਗਟੇ ਲੈਣਾ ਪੈਂਦਾ ਮੈਂ ਹਸਾਬ ਨਾਲ ਇਹਨੇ ਕਿਹੜਾ ਸਟ੍ਰੈਚੀਬਲ ਗਾਉਣਸ ਹੋਣਾ ਇਹ ਐ ਨਾ ਹੀ ਕਰਦਾ ਇਹ ਨਾ ਆ ਆਦਮ ਨਹੀਂ ਸਟ੍ਰੈਚ ਕੀ ਗਾਉਂ ਥੋੜੀ ਆ ਵੀ ਇਹ ਨਹੀਂ ਜੇ ਐ ਹੋਇਆ ਗਾਉਣ ਪਾੜ ਕੇ ਸੀਨ ਪਾੜ ਕੇ ਕੌਣ ਜਿਵੇਂ ਆ ਰਿਹਾ ਚੀਜ਼ ਬਣਾਣੀ ਆ ਯਾਦ ਪਿਆ ਕਰੇ ਮੀਚਾ ਕਿਤ ਲੈ ਇੱਕ ਮਿੰਟ ਉਹਨੂੰ ਸਿੱਧਾ ਫੇਰ ਹੋਗਾ ਕੇ ਰਗਣਾ ਉਹ ਜਿੰਨਾ ਮਰਜੀ ਕੇਰਾ ਯਾਰ ਤੂੰ ਨਹੀਂ ਨਹੀਂ ਮਾਉਂਸੀ ਮੇਰਾ ਚੌਰਸ ਰੱਖ ਦੇ ਆ ਆਹ ਹੋ ਕੇਰਾ ਤੇਰਾ ਗੋਲ ਹੁੰਦਾ ਯਾਰ 1 ਮਿੰਟ 1 ਮਿੰਟ 1 ਮਿੰਟ 1 ਮਿੰਟ 1 ਮਿੰਟ 1 ਮਿੰਟ ਇੱਕ ਇਦਾਂ ਕਿਹੜਾ ਤਰੀਕਾ ਨਾਲ ਆਪ ਲੈਦਾ ਇਦਾਂ ਕਰੋ ਤੁਸੀਂ ਨਾ ਇਦਾਂ 1 ਮਿੰਟ ਲੇਟ ਹੋ ਇਧਰ ਇਧਰ ਲੀਟ ਕੇ ਲੇਟੋ ਤਾਂ ਸਹੀ 1 ਮਿੰਟ ਮੋਰੀਜ 1 ਮਿੰਟ ਕਮਰਾ ਅੰਜੀ ਕਮਰਾ ਜਦੋਂ ਪ੍ਰੈਕਸ਼ਨ ਕਰਨਾ ਹੋ ਤਾਂ ਐ ਕਰਕੇ ਇਹਨੇ ਕਰਨਾ ਉਦੋਂ ਅਕਾਉਂਟ ਟੈਟ ਹੋ ਗਿਆ ਫੇਰ ਉਹ ਨਹੀਂ ਲਿਖਿਓ ਮੈਂ ਕਿਉਂ ਲਿਗਾ ਯਾਰ ਇਹ ਕਿ ਹੋ ਗਿਆ ਕੁੱਤਾ ਨਾ ਪਲੇ ਰਿਹਾ ਮੇਰਾ ਯਾ ਉਨੀ ਨੂੰ ਮੈਂ ਕਿਉਂ ਲਿਗਾ ਇੱਕ ਮਿੰਟ ਕੀ ਉਨੀ ਕੀ ਕੇਰਾ ਅੱਖ ਤੇਰਾ ਕਿੰਨਾ ਰੱਖਣਾ ਆ ਤੇ ਉਹਨੇ ਮੈਂ ਆਪਣੇ ਹਿਸਾਬ ਨਾਲ ਨਾ ਲਾ ਰੱਖਿਆ ਜੀ ਕੀ ਹੈ ਉਹ ਮੈਨੂੰ ਪਤਾ ਨਹੀਂ ਚੱਲ ਦੂਰਾ ਤੇਰਾ ਰੱਖ ਲੈ ਫਟਾਫਟ ਨਾ ਪਲੇ ਮੇਰਾ ਇੱਕ ਮਿੰਟ ਖੜਦੇ ਹੋ ਕਿ ਨਹੀਂ ਉਹਨੂੰ ਤਾਂ ਥਾਲ ਦੋ ਓਏ ਇੱਕ ਮਿੰਟ ਸਿੱਧੇ ਹੋ ਜੋ ਸਿੱਧੇ ਇੱਕ ਮਿੰਟ ਨਮੇ ਪਾ ਦੋ ਇੱਕ ਮਿੰਟ ਇੱਕ ਮਿੰਟ ਆ ਨਹੀਂ ਸੌਣਾ ਨਹੀਂ ਨਾਪਾ ਦੇਣਾ ਇੱਕ ਮਿੰਟ ਆ ਕਿਹੜਾ ਨਾਪ ਨਹੀਂ ਮੇਰਾ ਆਪਣਾ ਸਟਾਈਲ ਹੈ ਜਾਨੂ ਟੇਲਰ ਮੈਨੂੰ ਐਵੇਂ ਨਹੀਂ ਕਹਿੰਦੇ ਉਹਦੀ ਜਾਣ ਕੱਢੀ ਜਾਂਦਾ ਜਾਨੂ ਟੇਲਰ ਆ ਬੱਤੀ ਨਹੀਂ ਕਿਉਂ ਕੀ ਬੱਤੀ ਲੇਗਾ ਉਹ ਮੈਂ ਐਵੇਂ ਪਾ ਦੇ ਕੋਈ ਟੇਲਰ ਸਾਹਿਬ ਉਹ ਕਰ ਜੋ ਇੱਕ ਮਿੰਟ ਦੂਜੀ ਗੱਲ ਪੁੱਛਾ ਬਰਾਦਰ ਮਨੋਗੇ ਪੁੱਛ ਪੁੱਛ ਪੁੱਛੋ ਆ ਤੁਹਾਡੇ ਨਾਪ ਤੋਂ ਮੈਂ ਬਸਤਾ ਜਾਊਂਗਾ ਬਜੇਗਾ ਬਜੇਗਾ ਦੂਜੀ ਚੁੱਕੋ ਇੱਕ ਮਿੰਟ ਬਾਈ ਇਹੋ ਆ ਗਈ ਮੋਰੀ ਲਿਖੋ ਮਣਜੀ 15 ਮੋਰੀ ਲਿਖੋ 15 7.5 ਦੋ ਮੋਰੀਆਂ ਦਾ ਨਾਪ ਇੱਕ ਮਿੰਟ ਇਧਾਈ ਕਿੰਨੀ 7.5 7.5 ਇੱਕ ਸਿੰਗਲ ਇੱਕ ਮਿੰਟ ਇਹ ਤੁਸੀਂ ਉਹ ਯੋਗੀ ਵਾਲੇ ਬਾਬੇ ਤੋਂ ਇੱਕ ਮਿੰਟ ਇੱਕ ਮਿੰਟ ਆ ਗਏ ਨਾ ਬਾਈ ਲਿਖੋ

ਮੈਂ ਤਾਂ ਡਾਕਟਰੀ ਭਲਗੀ ਜਿਹੜੀ ਮੈਂ ਕੀਤੀ ਹੈ ਮੈਨੂੰ ਚੱਕਰ ਪਤਾ ਕੀ ਹੈ ਦੇਖੋ ਜੇ ਅਕੇ ਤੇ تسلی بخش ਕੰਮ ਨਾ ਕਰੀਏ ਫਿਰ ਕਹਿੰਦੇ ਆ ਵੀ ਜਾਨੂ ਨੇ ਗਲਤ ਕੰਮ ਕਰਤਾ ਜਾਨੂ ਨੇ ਉਹਦੀ ਜਾਣਕਾਰੀ ਨਹੀਂ ਵੈਸੇ ਮੈਂ ਇੱਥੇ ਕਰਨ ਗਿਆ ਸੀ ਦਾਦਾ ਮੈਂ ਤੁਹਾਨੂੰ ਫੋਨ ਕਰਕੇ ਦੱਸਾਂਗਾ ਕੀ ਕਰਨਾ ਹੈ ਤੁਸੀਂ ਪਹੁੰਚੋ ਮੈਂ ਆ ਗਿਆ ਦੁਕਾਨ ਤੇ ਮਿਲਦੇ ਆ ਪਾਜਾਂ ਦੁਕਾਨ ਤੇ ਮਿਲਦੇ ਆ ਪੈਸੇ ਤਾਂ ਕੱਢ ਲੈ ਚੱਕਰ ਪਤਾ ਕੀ ਮਣੀ ਚੱਕਰੇ ਆ ਜੇ ਕੇ ਦਾ ਕੰਮ تسਲੀ ਬਖਸ਼ ਨਾ ਕਰੋ ਲੋਕੀ ਗੁੱਸਾ ਕਰ ਜਾਂਦੇ ਆਹ ਕਿਹੜੀ ਤਸੱਲੀ ਸੀ ਵਿਚਾਰਾ ਦੁਰਾਈ ਕਰ ਦਿੰਦਾ ਇਹ ਘਟ ਨੂੰ ਉੱਥੇ ਆਪਰੇਸ਼ਨ ਤੇ ਤੇ ਦੁਰਾ ਤੇਰਾ ਹੋਣਾ ਪਾਣਾ ਅੱਛਾ ਉੱਤੇ ਜੇ ਗੌਣ ਟੈਟ ਹੋ ਗਿਆ ਕਿਤੋਂ ਸ਼ਰਿੰਕ ਸ਼ਰਿੰਕ ਹੋ ਗਿਆ ਕੋਸ਼ ਹੋ ਗਿਆ ਕੌਣ ਜਿਮਾਰ ਤੇ ਕਪੜਾ ਵਧੀਆ ਲੈ ਲਉ ਇਹਨੂੰ ਚਾਹੀਦਾ ਨਾ ਉਹ ਮੈਂ ਥੋੜੀ ਦੇਣਾ ਕਰੂੰ ਮੈਂ ਤੇ ਸਲਾਈਆਂ ਮਾਰਨੀ ਇਹ ਮਣਜੀ ਦੀ ਐਨੀ ਮਤ ਨਾ ਨਾ ਮਾਰ ਦਾਂ ਇਹਨੇ ਮੇਰੀ ਮਤ ਮਾਰ ਦੇਣੀ ਸੀ ਉਹਦੇ ਤਾਂ ਜਾਨ ਕੱਢ ਲਈ ਤੁਸੀਂ ਜਾਨ ਕੱਢਣੀ ਬੰਦੀ ਹੈ ਇਹਦਾ ਵੀ ਨਾਪਾ ਮੈਂ ਸਿੰਪਲ ਲੈ ਸਕਦਾ ਸੀ ਫਿਰ ਪਰ ਮੈਂ ਕਿਹਨੂੰ ਅਕਲ ਨਹੀਂ ਹੋਣੀ ਇਹਨੂੰ ਕਿਤਾ ਪਤਾ ਲੱਗੂ ਜਾਨੂ ਟੇਲਰ ਦੇ ਨਾਲ ਮੱਥਾ ਲੱਗਾ ਦੀ ਫਨ ਹੁੰਨੇ ਤਾਂ ਉਹਦੀ ਜਾਨ ਹੀ ਕੱਢ ਲਈ ਪਹਿਲਾਂ ਤਾਂ ਮੈਨੂੰ ਇਹ ਦੱਸੋ ਆ ਜਿਹੜਾ ਤੁਹਾਡਾ ਨਾਮ ਹੈ ਨਾ ਇਹ ਦੇ ਕਰਕੇ ਮੈਨੂੰ ਲੰਦਾ ਚੱਕਰ ਵੀ ਬੜੇ ਪਏ ਹੋਣੇ ਆ ਚੱਕਰ ਪੈ ਜਾਂਦੇ ਕਦੀ ਕਦੀ ਹਾਂ ਜਦੋਂ ਕੋ ਜਨਾਨੀ ਆਪਣੇ ਬੰਦੇ ਦੇ ਨਾਲ ਆਇਂਦੀ ਹੈ ਨਾ ਹਾਂ ਘਰ ਵਾਲੇ ਤੇ ਜਦੋਂ ਕੋਈ ਨਵੀਂ ਵਿਆਹੀ ਆਪਣੇ ਘਰ ਵਾਲੇ ਦੇ ਸਾਹਮਣੇ ਕਿਸੇ ਨੂੰ ਜਾਨੂ ਜਾਨੂ ਕਹਵੇ ਜਾਨੂ ਜੀ ਸੂਟ ਐ ਰੱਖਿਓ ਜਾਨੂ ਜੀ ਸਲਵਾਰ ਐ ਰੱਖਿਓ ਅਗਲੇ ਦਿਨ ਜਾਨ ਨਿਕਲਨੇ ਨਿਕਲਦੇ ਉਹ ਕੁੜੀ ਦੀ ਜਾਨ ਕੱਟਣ ਤੱਕ ਜਾਵੇ ਨਾਲੇ ਮੇਰੀ ਜਾਨ ਕੱਟਣ ਤੱਕ ਜਾਵੇ ਅਗਲਾ ਤੇ ਪਈ ਮੇਰੀ ਬਾਹ ਫੜ ਕੇ ਲੈ ਗਾ ਦੁਕਾਨ ਦੇ ਬਾਹਰ ਤੇ ਮੈਂ ਜਾਂ ਤੇ ਆਪਣਾ ਨਾਮ ਬਦਲ ਲਾ ਤੇ ਜਾਂ ਹੀ ਟੇ ਬਚ ਗਿਆ ਬਚਾ ਹੋ ਗਿਆ ਬਚਾ ਸਮਝ ਆ ਗਿਆ ਅਗਲਾ ਪਿਆਰ ਨਾਲ ਬਾਕੀ ਜਿਹੜੀਆਂ ਮੁਕੱਦਰਾਂ ਹੀ ਲੇਕਿਨ ਵਾਝੀ ਜਾਂਦੀਆਂ ਨੇ ਹਾਂ ਇੱਕ ਵਾਰੀ ਮੇ ਕੋ ਕਸਟਮਰ ਆ ਗਿਆ ਕਿਹੜਾ ਕਹਿੰਦਾ ਵੀ ਬੇਬੇ ਜੀ ਦਾ ਮਤਲਬ ਉਹ ਹੋ ਗਿਆ ਕੰਮ ਹਾਂ ਕੰਮ ਹੀ ਹੋ ਗਿਆ ਬੇਬੇ ਜੀ ਦਾ ਤੇ ਕਫਨ ਸੀ ਨਾ ਕਫਨ ਸੀ ਨਾ ਮੈਂ ਕਿਹਾ ਕਫਨ ਸੀ ਦੇ ਨਾ ਕੋਈ ਗੱਲ ਨਹੀਂ ਮੈਂ ਕਿਹਾ ਮੈਨੂੰ ਇਹ ਤਾਂ ਸਲਵਾਰ ਪਟਿਆਲਾ ਰੱਖਣੀ ਹੈ ਕਿ ਸਿੰਪਲ ਕਫਨ ਦੀ ਸਲਵਾਰ ਪਟਿਆਲਾ ਗਲਤੀ ਨਾਲ ਮੂੰਹ ਤੇ ਚੜਿਆ ਸੀ ਉਹਨੇ ਨੂੰ ਪਟਿਆਲੇ ਤੱਕ ਪੰਜਾਬ ਜਾ ਕੇ ਦਿੱਤੇ ਕੋ ਜਿੰਨੇ ਕਿਤੇ ਕਿਤੇ ਗਲਤੀਆਂ ਹੋ ਜਾਂਦੀਆਂ ਨੇ ਵਧੀਆ ਗੱਲ ਤੁਹਾਡ ਲੱਗਣੀ ਚਾਹੀਦੀ ਹੈਗੀ ਬਹੁਤ ਕੁਝ ਵਿੱਚ ਮੇਰਾ ਸ਼ਰਵਾਨੀ ਕਿੱਥੇ ਯਾਰ ਆਹ ਕੌਣ ਆ ਗਿਆ ਨਾ ਕੀ ਆਪਣਾ ਭਲਾ ਮੇਰਾ ਨਾਮ ਮਿੰਦਾ ਮਿੰਦਾ ਹੀ ਕੋਈ ਨਹੀਂ ਸ਼ਰਵਾਨੀ ਯਾਰ ਮੇਰਾ ਦੇ ਕੇ ਕਿਧਨ ਗਈ ਅੱਜ ਹਫਤਾ ਹੋ ਗਿਆ ਤੈਨੂੰ ਦਿੱਤੇ ਨੂੰ ਯਾ ਕਿਦੰਦਾ ਆ ਤਾਂ ਮੇਰਾ ਵਿਆਹ ਮੇਰੀ ਸ਼ਰਵਾਨੀ ਦੇ ਦੇ ਯਾ ਇਹ ਹਾਂ ਵਿਆਹ ਦਾ ਸ਼ਰਵਾਨੀ ਨਹੀਂ ਇੱਕ ਮਿੰਟ ਇੱਕ ਮਿੰਟ ਕਾਲੀ ਕਾਲੀ ਉਹ ਇੱਕ ਬੰਦਾ ਉਹਨੂੰ ਬੜੀ ਕਾਲੀ ਹੈ ਵੀ ਉਹ ਸ਼ਰਵਾਨੀ ਬਣ ਗਈ ਬੜਾ ਆ ਇੱਥੇ ਦੇ ਦੀ ਮੈਂ ਸਟੂਡੀਓ ਬੈਠਾ ਤੇ ਇੰਟਰਵਿਊ ਚੱਲ ਨਹੀਂ ਮੇਰੀ ਹਾਂ ਇੱਥੇ ਦੇ 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 ਕਾਜ ਹੁੰਦੇ ਕਾਜ ਹੁੰਦੇ ਉਹ ਤੇਰੇ ਕਾਜ ਨੂੰ ਚੱਕਰ ਮੇਰੇ ਦੈਨ ਯਾਰ ਯਾਰ ਉਹ ਗੱਲਾਂ ਕਰ ਤੈਨੂੰ ਮੈਂ ਝੂਠ ਬੋਲਣਾ ਦੱਸ ਤੂੰ ਜੇ ਕਾਜ ਰਹਿ ਗਏ ਨੇ ਬਾਕੀ ਸਾਰਾ ਕੰਮ ਹੋ ਗਿਆ ਯਾਰੀ ਝੂਠੀ ਬੋਲਦਾ ਉਹਨਾਂ ਦਾ ਕੀ ਜਿੰਦਾ ਮੈਨੂੰ ਦੇ ਦੂੰਗਾ ਕਰਦੇ ਕਰਦੇ ਅੱਜ ਆ ਗਏ ਯਾਰ ਮੈਂ ਜਾ ਤਾ ਤਨ ਘੇਰਾ ਬੀ ਕਾਜ ਹੋਣ ਵਾਲੇ ਨੇ 3 ਮਿੰਟ ਵੇਟ ਕਰ ਤਾ ਯਾਰ ਮਸੇ ਮੇਰਾ ਵਿਆਹ ਲਗਾ ਤੂੰ ਵਿਆਹ ਤੂੰ ਟਾਈਮ ਤੇ ਕਿਉਂ ਨਹੀਂ ਦਿੰਦੇ ਕੱਪੜੇ ਬੁੜੀਆਂ ਨੇ ਵੀ ਦਿੱ ਹੁਣ ਉਹਦੇ ਸ਼ੇਰਵਾਨੇ ਵਿਚਾਰੇ ਦਾ ਕੰਮ ਬੜਾ ਰਸ਼ ਬੜਾ ਕਦਰ ਰਸ਼ੀਆ ਸੀਜ਼ਨ ਦਾ ਦਿਨ ਚੱਲ ਰਿਹਾ ਰਾਸ਼ ਚੰਨਾ ਕ ਮੈਂ ਸੁਪਨੇ ਦੇ ਵਿੱਚ ਵੀ ਸ਼ੇਰ ਸਲਵਾਰਾ ਸੀ ਕਿਸ ਨੂੰ ਅੱਛਾ ਰਾਸ਼ ਬੜਾ ਅਗਲੇ ਦਾ ਵਿਆਹ ਵਿਚਾਰੇ ਦਾ ਕੱਢ ਜਾ ਮੁੰਡਾ ਤੁਰ ਪਿਆ ਕਾਲੀ ਤੁਰ ਪਿਆ ਤੋ ਕਾਜ ਹੁੰਦੇ ਨੇ ਬਾਕੀ ਤਰ੍ਹਾਂ ਯਾਰ ਮੇਰੀ ਲ ਮੇਰੀ ਯਾਰੇ ਲ ਮੈਂ ਲ ਮਰ ਜਾ ਆ ਉਮਰੀ ਲ ਮਰ ਜਾ ਨਾ ਉਹ ਲ ਮੇਰੀ ਸੀ ਵਰ ਕਿੰਨੇ ਕੰਨੇ ਟਾਈਮ ਲੱਗ ਗਿਆ ਲ ਮਰ ਜਾ ਲ ਮੇਰੀ ਯਾ ਚੱਲ ਮੇਰੀ ਗੱਲ ਸੁਣ ਤੂੰ 100 ਤੱਕ ਗਿਣ ਹੂੰ ਹੂੰ ਤੇਰਾ ਆਉਂਦਾ ਯੋ ਨਾਂ ਚੇਰਮਨੀ ਇੱਕ ਮਿੰਟ ਫੋਨ ਆ ਗਿਆ ਇੱਕ ਮਿੰਟ ਹਾਂ ਪਪਾਏ ਕੋਨੇ ਕਰੋਗਾ ਹੈਲੋ ਹਾਂਈ ਬਪਾਏ ਫੇਰ ਵੀ ਨੇ ਹਾਂ ਹਾਂ ਹਾਂਜੀ ਆ ਕਹਿੰਦੇ ਆ ਗਈ ਸ਼ੇਵਾਨੀ ਬੱਸ ਤੁਸੀਂ ਕੋਲੀ ਤੇ ਬੈਠੋ ਆਓ ਆਪਣਾ ਹੀ ਸਿਰ ਆ ਕੇ ਬੈਠੋ ਆਪਣੀ ਸ਼ੇਦ ਕੋਈ ਜੀ ਪਤਾ ਨਹੀਂ ਲੱਗਣਾ ਮੈਂ ਬੱਸ ਪੈਣਾ ਕੋਈ ਨਾ ਹਾਂ ਹਾਂ ਪੈਰ ਸੀ ਪਹੁੰਚਦਾ ਕਦੋਂ ਆ ਗਿਆ ਕੋਈ ਨਾ ਵੇ ਆ ਗਿਆ ਬਪਾਏ ਫੇਰ ਵੀ ਆ ਗਈ ਆਹੋ ਆਹੋ ਕਾਲੀ ਭੱਜ ਕੇ ਹੋਇਆ ਭੱਜ ਕੇ ਕਾਲੀ ਨੂੰ ਕਹਿੰਦਾ ਲਾਇਆ ਵੀ ਫੋਨ ਉਹ ਮੈਂ ਕੀ ਕਰਾਂ ਉਹ ਆ ਗਿਆ ਆ ਗਿਆ ਆ ਗਿਆ 5 ਮਿੰਟ ਬੈਠ ਕੇ ਤੂੰ 100 ਤੱਕ ਗੇਣ ਹੈ ਨਾ ਮੇਰਾ ਵੀ ਉਹਨੇ ਤੇ ਮੇਰੇ ਇੰਟਰਵਿਊ ਨੇ ਡਿਪਾਰਟਮੈਂਟ ਮੇਰੇ ਹੈ ਨਾ ਮਨ ਚ ਗੇਣ ਮਨ ਚ ਹੂੰ ਮਨ ਚ ਗੇਣ ਪ੍ਰਾ ਮਾਨ ਚ ਵੀ ਓਨਾ ਹੀ ਟਾਈਮ ਲਾਉਂਦਾ ਮੈਨੂੰ ਚੱਲੇ ਹਾਂ ਤਾਂ ਕਿੱਥੇ ਪਹੁੰਚੇ ਸੀ ਗੱਲ ਕਰਦੇ ਸੀ ਆਪਾਂ ਜਾਨੂ ਟੇਲਰ ਦੀ ਜਾਨੂ ਟੇਲਰ ਦੀ ਗੱਲ ਕਰਦੇ ਪਹਿਲਾਂ ਮੈਨੂੰ ਇਹ ਦੱਸੋ ਜੇ ਕਿਸੇ ਨੇ ਨਵੀਂ ਦੁਕਾਨ ਖੋਲ੍ਹਣੀ ਹੋਵੇ ਜਿੱਦਾਂ ਮੇਰੇ ਰਿਸ਼ਤੇਦਾਰ ਆ ਹੋਵੇ ਜਿੱਦਾਂ ਟੇਲਰ ਦਾ ਕੰਮ ਕਰਦੇ ਉਹਨੇ ਬੁਟੀਕ ਖੋਲ੍ਹਣੀ ਆ ਸ਼ਹਿਰ ਚ ਖੋਲ੍ਹਣੀ ਚਾਹੀਦੀ ਜਾਂ ਫਿਰ ਪਿੰਡ ਚ ਖੋਲ੍ਹਣੀ ਚਾਹੀਦੀ ਆ ਬੁਟੀਕ ਕਸਟਮਰ ਤਾਂ ਦੇਖੋ ਸ਼ਹਿਰ ਚ ਹੀ ਪੈਂਦਾ ਔਰ ਸੂਟ ਤਾਂ ਸਾਰੇ ਸੁਵਾਉਂਦੇ ਨਾ ਜਿੱਥੇ ਮਰਜ਼ੀ ਟੈਂਡ ਚ ਦਰ ਅਸਲ ਤੋਪ ਤਾਪਲ ਵਾਲੇ ਜ਼ਿਆਦਾ ਹੁੰਦੇ ਆ ਤਾਂ ਪੈਂਟੀ ਪੈਟ ਕਰਦੇ ਆ ਖੁੱਲੀ ਕਰਦੇ ਆ ਲੰਬੀ ਕਰਦੇ ਆ ਉੱਚੀ ਕਰਦੇ ਆ ਸੂਟ ਤੋਂ ਜ਼ਿਆਦਾ ਸੁਵਾਉਂਦੀਆਂ ਬੀਬੀਆਂ ਬੀਬੀਆਂ ਵੀ ਬੰਦੇ ਵੀ ਟੈਂਡ ਕਰਾਉਣ ਵਾਲੇ ਆਉਂਦੇ ਨੇ ਜ਼ਿਆਦਾ ਆਪਿਆ ਸੂਟ ਪੀੜਾ ਕਰਦੇ ਖੁੱਲਾ ਕਰਦੇ ਮਾਂ ਦਾ ਸੂਟ ਕੁੜੀ ਵਾਤੇ ਟੈਂਡ ਕਰਾ ਲਿਆ ਹਨਾ ਕੁੜੀ ਦਾ ਸੂਟ ਵਿੱਕੀ ਕੁੜੀ ਵਾਤੇ ਟੈਂਡ ਕਰਾ ਲਿਆ ਬਾਹਰ ਵਿੱਚ ਉਹਨੇ ਸੀਣਾ ਖਲਾ ਕੇ ਫੇਰ ਮਾਂ ਨੇ ਪਾ ਲਿਆ ਆ ਤੇ ਹਾਲ ਪਿੰਡ ਦਾ ਜੀ ਇੱਕ ਵਾਰ ਪੋਣ ਆ ਗਿਆ ਹੈਲੋ ਹਾਂ ਬਾਬਾ ਫੇਰੀ ਫੇਨੇ ਹੰਗੀ ਉਹ ਪਹਿਲਾਂ ਤੋਂ ਪਹੁੰਚਿਆ ਨਹੀਂ ਪਾਪਾ ਮੇਰਾ ਪਕੌੜੇ ਰੱਖ ਲਿਓ ਮੈਂ ਆ ਗਿਆ ਬਸ ਭਾਈ ਪਹਿਲੇ ਪਹੁੰਚਿਆ ਯਾਰ ਕਾਲੀ ਨੇ ਆ ਬੰਦਾ ਸਾਡਾ ਮੈਂ ਤਾਂ ਚੱਕਰ ਹੀ ਕੋਈ ਨਹੀਂ 15 ਮਿੰਟਾਂ ਦੇ ਵਿੱਚ ਪਹੁੰਚ ਪਹੁੰਚ ਰਿਹਾ ਹਾਂ ਉਹ ਭਾਈ ਮੇਰਾ ਦਾਅ ਵੜੀ ਉਹ 15 ਮਿੰਟ ਹੋ ਗਏ ਰੇ 10 ਮਿੰਟ ਬਾਕੀ ਨੇ ਨਾ 10 ਮਿੰਟ ਰੋਗਾ ਤੂੰ ਸੌਦਾ ਗਿਣਤੀ ਘੈਣਾ ਮੁੰਡਾ ਪਹੁੰਚ ਰਿਹਾ ਹੈ ਬਾਕੀ ਤੇਰੇ ਰਿਸ਼ਤੇ ਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ ਜਦ ਤੱਕ ਪਕੌੜੇ ਖਾ ਲੈਣਾ ਆਓ ਪਲਾ ਦਿੱਤਾ ਕਿੰਨੇ ਹੋ ਗਏ ਪਾਪਾ ਦੇ 15 ਤੋਂ ਸ਼ੁਰੂ ਕਰ ਲੈ ਆਪਾਂ ਗੱਲ ਕਰਦੇ ਸੀ ਤੁਸੀਂ ਜਿਹੜੀਆਂ ਲੋਕਾਂ ਨਾਲ ਸਕੀਮਾਂ ਲਾਉਂਦੇ ਹੈ ਨਾ ਮੈਂ ਸਕੀਮਾਂ ਨਹੀਂ ਲਾਉਂਦਾ ਮੈਂ ਗੱਲ ਨੂੰ ਸਿੱਧੀ ਗੱਲ ਕਰ ਰਿਹਾ ਦੇਖੋ ਇਹਦਾ ਰਿਸ਼ਤਾ ਜਿਹੜਾ ਟੁੱਟਣਾ ਹੈ ਨਾ ਮੇਰੀ ਸ਼ੇਰਵਾਨੇ ਕਰਕੇ ਨਹੀਂ ਟੁੱਟਣਾ ਸ਼ੇਰਵਾਨੇ ਪਾਸੇ ਮੇਰੀ ਭਾਜੀ ਉੱਤਾਂ ਵੀ ਟੁੱਟ ਜਾਣਾ ਕਿਉਂ ਸ਼ਕਲ ਦੇਖੋ ਸਹੀ ਤਾਂ ਹੈ ਸ਼ਕਲ ਹੈ ਰਿਸ਼ਤੇ ਬਿੱਚ ਮੇਰੀ ਸ਼ਕਲ ਕੀ ਆ ਕੁੜੀਏ ਮੇਰੀ ਕਾਲੇ ਕਹਿੰਦੀ ਤੂੰ ਯਾਰ ਖਲਾਵੇਂ ਸੁਝਿਆ ਸੁਝਿਆ ਸ਼ਰੂ칸 ਤੇ ਲੱਗਦਾ ਸੁਝਿਆ ਕੋਈ ਜਿਹੜੀ ਲੋਕਾਂ ਨਾਲ ਸਕੀਮ ਲਾਉਂਦੇ ਤੁਹਾਡੇ ਨਾਲ ਵੀ ਸਕੀਮ ਲਾਈ ਕਰਦੇ ਕਿਸੇ ਨੇ ਕਿ ਨਹੀਂ ਮੈਂ ਨਾ ਮੈਨੂੰ ਸਕੀਮਾਂ ਲਾਇੰਦੇ ਨੇ ਬੜੇ ਲੋਕ ਲੈ ਇੱਕ ਬੰਦਾ ਆਇਆ ਮੇ ਕੋਲ ਹਾਂ ਕਹਿੰਦਾ ਵੀ ਨਿਕਰ ਦੀ ਸਵਾਈ ਕਿੰਨੀ ਹਾਂ ਮੈਂ ਕਿਹਾ 150 ਰੁਪਏ ਅੱਛਾ ਤਾਂ ਕਹਿੰਦਾ ਪੈਂਟ ਦੀ ਸਵਾਈ ਕਿੰਨੀ ਮੈਂ ਕਿਹਾ 300 ਰੁਪਏ ਹਾਂ ਕਹਿੰਦਾ ਐ ਕਰੂੰ ਨਿਕਰ ਸੀ ਦਿਓ ਲੰਬਾਈ ਪੈਂਟ ਜਿੰਨੀ ਰੱਖ ਦਿਓ ਫਾਇਦਾ ਲੈ ਕੇ ਸਕੀਮ ਹੀ ਹੈ ਤੇ ਸਿੱਧੀ ਸੀ ਨਹੀਂ ਪਾੜੀ ਜੀ ਜਵਾਨ ਕਰ ਬੈਟਾਂ ਤੁਸੀਂ ਅੱਛੀ ਨਹੀਂ ਸਕੀਮ ਲਾਈ ਫੇ ਸਕੀਮ ਚੱਕੂ ਲੱਗਣੀ ਹੈ ਬੰਦੇ ਕਰਿੰਦੇ ਤੋਂ ਕਰਿੰਦੇ ਆਂਦੇ ਨੇ ਪਰ ਮੈਂ ਸਾਹਬ ਲਾਲਾ ਮਤਲਬ ਹਾਂ ਜੀ ਮਮਾ ਫੇਰੀ ਵੰਨੇ ਆਈ ਪਈ ਉਹਦੇ ਮਿਲੀਆਂ ਲਾਪੀਆਂ ਕੰਬਲ ਵੰਡੇ ਯਾਰੋ ਉਹ ਮੈਂ ਤਾਂ ਕੁਝ ਨਹੀਂ ਵੰਡਿਆ ਗਿਆ ਜੇ 2 ਮਿੰਟ ਦੇ ਵਿੱਚ ਕਾਲੀ ਪਹੁੰਚਣ ਵਾਲਾ ਤੈਨੂੰ ਕੀਰਮਣੇ ਪੋ ਆਗੇ ਬਿਚਾਂ ਵਸ ਸਮੇਂ ਲੱਗੇਗਾ ਉਹ ਤਾਂ ਗੱਲ ਹੋਈ ਉਹ ਆਜੂਗਾ ਆਹ ਓਏ ਦੋਵੇਂ ਟੀ ਇਹਦਾ ਹੋ ਜਾਣਾ ਮੈਨੇ ਜੀ ਕੰਮ ਤੂੰ ਆਪਣੇ ਸੋ ਆਪਣੀ ਗੱਲ ਕਿੱਥੇ ਪਹੁੰਚੀ ਸੀ ਗੱਲ ਤਾਂ ਸਕੀਮਾਂ ਦੇ ਚੱਲਦੀ ਸੀ ਵੈਸੇ ਤਾਂ ਤੁਸੀਂ ਵਿਆਹ ਹਾਲੇ ਵੀ ਕੱਪੜੇ ਸੀ ਲੈਂਦੇ ਜਨਾਨੀਆਂ ਦੇ ਸੂਟ ਵੀ ਸੀ ਲੈਂਦੇ ਪੈਂਟ ਕੋਟ ਵੀ ਕਿਹੜੇ ਕਿਹੜੇ ਕੱਪੜੇ ਸੀ ਲੈਂਦੇ ਹੋਰ ਦੱਸਿਓ ਸੂਟ ਸੋ ਹੋ ਗਿਆ ਕਾਲੀ ਨਹੀਂ ਆਇਆ ਭਾਈ ਇੱਕ ਵਾਰ ਗੇਰ ਮਾਲਾ ਗਿੰਤੀ ਕਈ ਵਾਰੀ ਇੱਕ ਅਦਾ ਕਰ ਰਹੇ ਨਾ ਮਾਲੇ ਫੋਨ ਕਰ ਦੋ ਕਿ ਮੇਰੇ ਪਿਆ ਮੇਰੇ ਨਾਣਾ ਨਾ ਭਾਵੇਂ ਮੇ ਕੋ ਗੱਡੀ ਟੈਡ ਹੋ ਜਾਂਦੀ ਕੋਈ ਨਹੀਂ ਕਾਜ ਆਇਆ ਪਹੁੰਚ ਜਾਣਾ ਦੋ ਮਿੰਟ ਮ ਗੱਗ ਨਾਲ ਨਾ ਪਾਵੇਂ ਗੱਡ ਟੈਡ ਹੋ ਇੰਨੀ ਮੇ ਕੋ ਗਵਾਚ ਨਾ ਖੁੱਲਦਾ ਨਹੀਂ ਮਾੜਾ ਤੂੰ ਮੇਰੇ ਹਿਸਾਬ ਨਾਲ ਉਹਨੇ ਪਾਤਾ ਨਾੜਾ ਯਾਰ ਤੂੰ ਲਾਸਟਿਕ ਗਈ ਉਹ ਜੱਲ ਲਾਸਟਿਕ ਗਈ ਫੇਰ ਨਾਲਾ ਪਾਤਾ ਗੱਡ ਟੈਡ ਹੋ ਇੰਨੀ ਨਾਲਾ ਵੀ ਠੀਕ ਹੀ ਆ ਆਉ ਤੂੰ ਕਰ ਮੇਰਾ ਹਿਸਾਬ ਨਾਲ ਠੀਕ ਨਾਲਾ ਜੀ ਕਿਉਂ ਉਹ ਮੇ ਕੋ ਖੁੱਲਦਾ ਨਾਲਾ ਟੈਡਾ ਜਾਂਦਾ ਕਰਪਾਣ ਤੂੰ ਵਿਆਹ ਦੇ ਵਿੱਚ ਕੇਕ ਕੱਟਣ ਨੂੰ ਲੈ ਕੇ ਜਾਣੀ ਐ ਮਾਰੀ ਕੱਢ ਕੇ ਨਾਲ ਹੀ ਨਾਲਾ ਆਉ ਜਾਣਾ ਮਾੜਾ ਮਾਦਾ ਤੂੰ ਇਧਰ ਇੰਟਰਵਿਊ ਚੱਲ ਰਿਹਾ ਆਪਣਾ ਵਿੱਚ ਵਿਆਹ ਵੜ ਕੇ ਬੈਠਾ ਤੂੰ ਹਾਂ ਯਾਰ ਮੇਰਾ ਬੈ ਜਿਹੜੀ ਤੇਰੀ ਇੰਟਰਵਿਊ ਨਹੀਂ ਯਾਰ ਆਓ ਮੈਨੂੰ ਜੀ ਆਪਣੀ ਗੱਲ ਕਰੀ ਆਪਾਂ ਨਹੀਂ ਤੁਸੀਂ ਮੈਨੂੰ ਪਹਿਲਾਂ ਇਹ ਦੱਸੋ ਕਿ ਕਿਹਦੇ ਕਿਹਦੇ ਕੱਪੜੇ ਸੀ ਲੈਂਦੇ ਸ਼ੇਰਵਾਨੀ ਵੀ ਸੀ ਲੈਂਦੇ ਜਨਾਨੀਆਂ ਦੇ ਕੱਪੜੇ ਵੀ ਕਿਹਦੇ ਨਹੀਂ ਸੀਂਦਾ ਮੈਂ ਕਿਹਦੇ ਨਹੀਂ ਸੀਂਦੇ ਮੈਂ ਮਤਲਬ ਸਾਰਿਆਂ ਦੇ ਸੀਂਦਾ ਮੈਂ ਰਾਜਾ ਮਹਾਰਾਜਾਂ ਦੇ ਸੀਂਦੇਰੇ ਮੇਰੇ ਦਾਦੇ ਪਰਦਾਦੇ ਹੁੰਨੇ ਨਹੀਂ ਹੁਣ ਦੀ ਗੱਲ ਕਰੋ ਹੁਣ ਕਿਹਦੇ ਕਿਹਦੇ ਸੀਂਦੇ ਹੋ ਮੈਂ ਕਿਹਾ ਹੁਣ ਕਿ ਤੇ ਜੀ ਨਾ ਜਿਹਨ ਪਰ ਮੈਂ ਮਤਲਬ ਲੋਕਲ ਜਨਤਾ ਤੇ ਜਿਆਦਾ ਸੀ ਨਾ ਕਿੱਦਾਂ ਮਤਲਬ ਪਹਿਲਾਂ ਮੈਂ ਸਰਕਾਰੀ ਬੰਦੇ ਜੀਂਦਾ ਨਾ ਸੀ ਪਰ ਸਰਕਾਰੀ ਬੰਦੇ ਪੈਸੇ ਮਾਰ ਜਾਂਦੇ ਨੇ ਪੁਲਿਸ ਦੇ ਕੱਪੜੇ ਜੀਂਦਾ ਨਾ ਸੀ ਉਹਨਾਂ ਦੀ ਦਿੱਕਤ ਬੜੀ ਆਉਂਦੀ ਹੈ ਤੀਜੇ ਦਿਨ ਤੇ ਡੈੱਡ ਵਧਿਆਂ ਦਾ ਗਲਤੀ ਮੇਰੀ ਕੱਢਦੇ ਠੀਕ ਹੈ ਤੇ ਤੂੰ ਟੈਟ ਸੀਤੀ ਝੱਟ ਉਹਨਾਂ ਕਪੜਾ ਪੁਲਿਸ ਦੀ ਵਰਦੀ ਤੇ ਨਹੀਂ ਲਾਦੇ ਜਿੰਨਾ ਚੋਰ ਜੇਬਾਂ ਤੇ ਲੱਗ ਜਾਂਦਾ ਉਹਨਾਂ ਨੂੰ ਚੋਰ ਜੇਬ ਕੀ ਪਤਾ ਕਾਦ ਲੈ ਲਵਾਉਂਦੇ ਨੇ ਕਿੰਨੇ ਚੋਰ ਜੇਬ ਸ਼ਰਟ ਦੇ ਵਿੱਚ ਜੇਬਾਂ ਜੇਬਾਂ ਲਵਾਈਆਂ ਹੁੰਦੀਆਂ ਅੰਦਰ ਗਾਤੇ ਪੈਂਟ ਦੇ ਵਿੱਚ ਵੀ ਜੇਬਾਂ ਹੁੰਦੀਆਂ ਆਹੀ ਉਹਨੇ ਦੀ ਅੱਜੇ ਵਾਸ਼ਾ ਨਾ ਮੇਰੀ ਚਿਰਵਨੀ ਸੋਚੋ ਫੜੀ ਮੇਰੀ ਤੇਰਾ ਕਾਲੀ ਆਉਂਦਾ ਹੋਣਾ 2 ਮਿੰਟ ਵੇਟ ਕਰ ਬਸ ਮੈਨਾਂ ਵੀ 2 ਮਿੰਟ ਵੇਟ ਕਰ ਭਾਈ ਮਸੀਬ ਬਣਾਇਆ ਕੁੜੀ ਆਏ ਕਰ ਲੋ ਹਾਂ ਫੋਨ ਮਾਰ ਲੈ ਜੀ ਕਾਲੀ ਨੂੰ ਇੱਕ ਵਾਰੀ ਫੋਨ ਕਰਤਾ ਮੈਂ ਕਹਿ ਵਿੱਚ ਗੱਡੀ ਮਾਰ ਬਟੂਪੇ ਚੰਗੇ ਰਾਂ ਮੈਨੂੰ ਨਹੀਂ ਲੱਗਦਾ ਇਹ ਕੱਪੜੇ ਸੀਂਦਾ ਕਿੰਨਾ ਕਾ ਐਕਸਪੀਰੀਅੰਸ ਆ ਤੁਹਾਡੇ ਕੋਲ ਐਕਸਪੀਰੀਅੰਸ ਮੈਨਾਂ ਜੀ ਮੈਨੂੰ ਬੜਾ ਵਾ ਮੈਂ ਐਵੇਂ ਨਹੀਂ ਟੇਲਰ ਬਣਿਆ ਅੱਛਾ ਪਹਿਲਾਂ ਜੁੱਤੀਆਂ ਕੰਡਣ ਦਾ ਕੰਮ ਸੀ ਮੇਰਾ ਜੁੱਤੀਆਂ ਕੰਡਣ ਵਾਲਾ ਕੱਪੜੇ ਸੀਂਦਾ ਇਹ ਮੈਂ ਬੂਟ ਸੀ ਸਾਕਾ ਤਾਂ ਸੂਟ ਕਿ ਫਰਗੇ ਚ ਗੱਲ ਉਹ ਚ ਵੀ ਤੋਪਾ ਰਣਾ ਇੱਥੇ ਵੀ ਤੋਪਾ ਰਣਾ ਸ਼ੇਰਵਾਨੀ ਲੈ ਲਿਓ ਆਪਣੀ ਟਾਈਮ ਗੱਲਾਂ ਮਾਰਦੇ ਹੋ ਤੁਸੀਂ ਮੈਂ ਨਹੀਂ ਸਵਾਉਣਾ ਸੂਟ ਤੁਹਾਡੇ ਤੋਂ ਸੂਟ ਨਹੀਂ ਸਵਾਉਣਾ ਸੂਟ ਨਹੀਂ ਸਵਾਉਣਾ ਦੱਸੋ ਪਪਾ ਦਾ ਹਾਂ ਹੈਲੋ ਪਪਾ ਪੈਰੀ ਮਿੱਟ ਨੇ ਇਹ ਆਹੀ ਬਾਤ ਨਿਕਲੇ ਆ ਨਾਮ ਹਾਂ ਕਾਲੀ ਦਾ ਵੀ ਆਈ ਗਿਆ ਫੋਨ ਹੋ ਗਿਆ ਕੀ ਕਹਿੰਦੇ ਆ ਸਟੂਡੀਓ ਆ ਜੀ ਐ ਪ੍ਰਾਈਮ ਹਾਂ ਉੱਧਰ ਕੇ ਮੈਂ ਤਾਂ ਭਾਈ ਕਾਲੂ ਕਹ ਤੂੰ ਬਾਕੇ ਫਿਰ ਹੁਣ ਸ਼ਰਮਾਨੀ ਕਿਉਂ ਕੀ ਹੋਇਆ ਉਹ ਸਾਲਾ ਲਿਬਰਾਤ ਮੋੜ ਮੇਰੀ ਉਹ ਆ ਗਿਆ ਉਹ ਕੁੜੀ ਵਾਲੇ ਨਾਲ ਗੱਲ ਕਰ ਲੈਣੇ ਬਹਿ ਕੇ ਆਪਾਂ ਏਡੀ ਕਿਹੜੀ ਗੱਲ ਉਹ ਯਾਰ ਮੇਰੇ ਇੱਕ ਨਹੀਂ ਮੇਰੇ ਪਾਪਾ ਦੇ ਦੋ ਹੋ ਗਏ ਯਾਰ ਮੈਂ ਜਦੋਂ ਜਾਨੂ ਕਹਿੰਦਾ ਸੀ ਉਹਨੂੰ ਮੰਮੀ ਕਹੂੰਗਾ ਚੰਗਾ ਲਿਖ ਲਈ ਯਾਰ ਮੇਰੀ ਗੱਲ ਤੇ ਸੋਣਾ ਆਪਾਂ ਜਾ ਕੇ ਕੁੜੀ ਵਾਲੇ ਨਾਲ ਗੱਲ ਕਰ ਲੈਂਦੇ ਇਹਦੇ ਮਾਲ ਕਰੀ ਯਾਰਾਂ ਦੱਸ ਮੈਂ ਚੱਲਦਾ ਨਾਲ ਇਦਾਂ ਕਿਦਾਂ ਨਾ ਕਰਦੇ ਮੈਂ ਤੇਰੀ ਮੈਂ ਤੈਨੂੰ ਕਹਿ ਰ ਮੈਂ ਗੱਲ ਕਰਦਾ ਜਾ ਕੇ ਉਹਨਾਂ ਨਾਲ ਇੱਕ ਮਿੰਟ ਕਾਲੀ ਵੀ ਬਾਹਰ ਕਢਣ ਨਾਲ ਆ ਤੂੰ ਹੁਣ ਕਿਉਂ ਨਾ ਕੁੜੀ ਨਾਲ ਦਿੱਤੇ ਮੈਂ ਘਰੋਂ ਲੈਣੀ ਤੇ ਮੈਂ ਤੈਨੂੰ ਪਿਆ ਕੇ ਜਾ ਤਾ ਮੈਂ ਗੱਲ ਕਰ ਲੈਂਦੇ ਕੋਣ ਮਣੇ ਤੂੰ ਹੀ ਨਾ ਸੂਟ ਦੇ ਸੂਟ ਆਪਣਾ ਮੈਂ ਨਹੀਂ ਸੁਵਾਣਾ ਦੋ ਬੰਦੇ ਆਣਾ ਦੇਖ ਲੈ ਮੈਂ ਤੁਸੀਂ ਕੀ ਆ ਲਗੀ ਆ ਗਿਆ ਆ ਗਿਆ ਮੇਰੇ ਰੋਣਾ ਨਹੀਂ ਰੋਣਾ ਨਹੀਂ ਮੇਰਾ ਵੀ ਰੋਣਾ ਨਹੀਂ ਜੰਨੂ ਟੀਲਰ ਆਇਆ ਸੀ ਮੈਨੂੰ ਤਾਂ ਨੇ ਬਹੁਤ ਕੰਪੈਲ ਕੀਤਾ ਕਿ ਸੂਟ ਮੇਰੇ ਤੋਂ ਸੁਵਾ ਲਓ ਇਦਾਂ ਦੇ ਟੇਲਰਾਂ ਤੋਂ ਬਚ ਕੇ ਰੋ ਬਾਕੀ ਤੁਹਾਨੂੰ ਪ੍ਰੋਗਰਾਮ ਕਿੱਦਾਂ ਦਾ ਲੱਗਿਆ ਪਰ ਫਿਰ ਵੀ ਜੇ ਸੂਟ ਸੋਹਣਾ ਕਮੈਂਟ ਕਰਕੇ ਦੱਸ ਦਿਓ ਕਿ ਕਿੱਦਾਂ ਦਾ ਸੋਹਣਾ ਹੁਣ ਮੈਨੂੰ ਯਾਨੀ ਕਿੰਨੀ ਲੰਮ ਕੋਈ ਨੂੰ ਦੀ ਇਜਾਜ਼ਤ ਸਸ਼ਿਕਾ